My name is Stefan van der Merwe. I'm a South African citizen, but I've been staying in Mohali for about 10 years now. It was a good run, and it's a good thing that you're running against drug abuse. I think there are many good ways to enjoy life rather than getting stoned. Today, ਇੱਕ ਬਹੁਤ ਵਧੀਆ ਪ੍ਰੋਗਰਾਮ ਜਿਹੜਾ ਪ੍ਰਸ਼ਾਸਨ ਵੱਲੋਂ ਅਤੇ ਡੀ ਸੀ ਸਾਹਿਬ ਵੱਲੋਂ ਅਤੇ ਨਾਰਕੋਟਿਕ ਸੈੱਲ ਦੇ ਜਿਹੜੇ ਡੀ ਆਈ ਜੀ ਹੈ ਉਹਨਾਂ ਵੱਲੋਂ ਇੱਕ ਰਨ ਕੀਤਾ ਗਿਆ ਅਤੇ ਸਾਡੇ ਜਿਹੜੇ ਲੋਕਲ ਜਿੱਦਾਂ ਸੇਠੀ ਢਾਬਾ ਅਤੇ ਹੋਰ ਬੀਅਰ ਕੱਪ ਨੂੰ ਸਪੋਂਸਰ ਕੀਤਾ ਗਿਆ। ਇਹ ਪ੍ਰੋਗਰਾਮ ਸੀਗਾ ਜਿਹੜਾ ਇਹਦੇ ਵਿੱਚ ਬਹੁਤ ਵਧੀਆ ਦੇਖਣ ਨੂੰ ਇਹ ਮਿਲਿਆ ਵੀ ਬਜ਼ੁਰਗ ਜਿਹੜੇ ਰਨਰ ਸੀਗੇ ਜਿਹੜੇ ਬਜ਼ੁਰਗ ਜਿਨ੍ਹਾਂ ਦੀ ਉਮਰ ਕਿਸੇ ਦੀ 65 ਸਾਲ ਹੈ ਕਿਸੇ ਦੀ 70 ਸਾਲ ਹੈ ਉਹ ਸਾਰਿਆਂ ਨੇ ਇਹਦੇ ਵਿੱਚ ਹਿੱਸਾ ਲਿਆ। ਅੱਜ ਇਹ ਡਰੱਗ ਤੋਂ ਅਗੇਂਸਟ ਜਿਹੜਾ ਇਹ ਪ੍ਰੋਗਰਾਮ ਸੀਗਾ ਇਹ ਅਗੇਂਸਟ ਡਰੱਗ ਜਿੱਦਾਂ ਜਣੀ ਵੀ ਆਪਾਂ ਸਾਰਿਆਂ ਨੂੰ ਇਹਨਾਂ ਨੂੰ ਦੇਖ ਕੇ ਇਹਨਾਂ ਬਜ਼ੁਰਗਾਂ ਨੂੰ ਦੇਖ ਕੇ ਇਹਨਾਂ ਤੋਂ ਸਿੱਖਿਆ ਲੈਣੀ ਚਾਹੀਦੀ। ਸਾਨੂੰ ਸਾਰਿਆਂ ਨੂੰ ਜਿਹੜੀਆਂ ਮਾੜੀਆਂ ਅਲਾਮਤਾਂ ਹੈ ਜਿੱਦਾਂ ਡਰੱਗਸ ਹੈ ਜਾਂ ਹੋਰ ਜਿਹੜੇ ਜਿਹੜੇ ਮਾੜੇ ਕੰਮ ਹੈ ਉਹਨਾਂ ਨੂੰ ਛੱਡ ਕੇ ਤਾਂ ਇਹਨਾਂ ਬਜ਼ੁਰਗਾਂ ਨੂੰ ਦੇਖ ਕੇ ਸਾਨੂੰ ਇਹਨਾਂ ਦੇ ਜਿੱਦਾਂ ਜਣੀ ਇਹਨਾਂ ਦੇ ਆਸ਼ੇ ਇਹਨਾਂ ਨੂੰ ਦੇਖ ਕੇ ਸਾਨੂੰ ਆਪਣਾ ਜਿਹੜਾ ਜੀਵਨ ਜਿਉਣਾ ਚਾਹੀਦਾ। ਇੱਦਾਂ ਦੀ ਜਿਹੜੀ ਸਾਡੀ ਵੀ ਕਿਉਂਕਿ ਅਸੀਂ ਹਜੇ ਸਾਡੀ ਉਮਰ ਹੈ ਬਹੁਤ ਕੁਛ ਕਰਨ ਦੀ ਪਰ ਇਹ ਬਜ਼ੁਰਗ ਦੇ ਜਿਹੜੇ 65 ਸਾਲ ਦੇ 70 ਸਾਲ ਦੇ ਨੇ ਇਹਨਾਂ ਨੇ ਭੱਜ ਕੇ ਇਹ ਜਿਹੜੀ ਰੇਸ ਹੈ ਇਹਨੂੰ ਪੂਰਾ ਕੀਤਾ ਅਤੇ ਅੱਜ ਸਮਾਂ ਇੱਦਾਂ ਦਾ ਆ ਚੁੱਕਿਆ ਅਤੇ ਬੱਚਿਆਂ ਦੀ ਉਮਰ ਭਾਵੇਂ 35-40 ਸਾਲ ਹੁੰਦੀ ਪਰ ਉਹਨਾਂ ਤੋਂ ਤੁਰਿਆ ਵੀ ਨਹੀਂ ਜਾਂਦਾ ਹੁੰਦਾ। ਇਹ ਜਿਹੜੇ ਬਜ਼ੁਰਗ ਨੇ ਕੋਈ ਕਿਸੇ ਦੀ ਉਮਰ 65 ਸਾਲ ਸੀਗੀ ਕਿਸੇ ਦੀ ਉਮਰ 70 ਸਾਲ ਸੀਗੀ ਉਹਨਾਂ ਨੇ ਜਿਹੜੀ ਇਹ ਦੌੜ ਹੈ ਇਹ ਪੂਰੀ ਦੌੜ ਭੱਜ ਕੇ ਉਹਨਾਂ ਨੇ ਪੂਰੀ ਕੀਤੀ। ਇਹਨਾਂ ਤੋਂ ਦੇਖ ਕੇ ਮੈਨੂੰ ਬਹੁਤ ਖੁਸ਼ੀ ਹੋਈ ਅਤੇ ਔਰ ਮਨ ਨੂੰ ਇਹ ਸਕੂਨ ਮਿਲਿਆ ਵੀ ਉਹ ਦਿਨ ਦੂਰ ਨਹੀਂ ਜਦੋਂ ਸਾਡਾ ਪੰਜਾਬ ਜਿਹੜਾ ਨਰੋਲ ਜਿਹੜਾ ਸਾਡਾ ਜਿਹੜਾ ਪੰਜਾਬ ਹੈ ਉਹ ਇੰਨਾ ਤਾਕਤਵਰ ਜਿੱਦਾਂ ਜਾਣੀ ਕਹਿੰਦੇ ਹੁੰਦੇ ਵੀ ਜਾਣੀ ਜਿੱਦਾਂ ਗੁਰੂ ਸਾਹਿਬ ਨੇ ਜਾਣੀ ਕਿਹਾ ਸੀਗਾ ਵੀ ਸਾਡਾ ਜਿਹੜਾ ਪੰਜਾਬ ਹੈ ਉਹਦੇ ਪੰਜਾਬੀ ਜਿਹੜੇ ਹੈ ਉਹ ਅਗੇਂਸਟ ਜਿੱਦਾਂ ਜਾਣੀ ਬਿਨਾਂ ਡਰੱਗ ਤੋਂ ਬਿਨਾਂ ਕਿਸੇ ਹੋਰ ਅਲਾਮਤਾਂ ਤੋਂ ਤਾਕਤਵਰ ਪੰਜਾਬ ਔਰ ਸਾਬਤ ਸੂਰਤ ਔਰ ਬਿਲਕੁਲ ਰਿਸ਼ਟ ਪੁਸ਼ਟ ਪੰਜਾਬ ਜਿਹੜਾ ਹੈ ਉਹ ਉਸਰਨ ਜਾ ਰਿਹਾ ਉਹ ਇਹਨਾਂ ਨੂੰ ਦੇਖ ਕੇ ਇਹਨਾਂ ਬਜ਼ੁਰਗਾਂ ਨੂੰ ਦੇਖ ਕੇ ਸਾਨੂੰ ਇਹ ਸਿੱਖਿਆ ਮਿਲਦੀ ਹੈ। ਇਹ ਬਹੁਤ ਵਧੀਆ ਕੰਮ ਸੀਗਾ ਬਹੁਤ ਵਧੀਆ ਉੱਦਮ ਸੀਗਾ ਇੱਦਾਂ ਦੇ ਉੱਦਮ ਸਾਨੂੰ ਸਾਰਿਆਂ ਨੂੰ ਕਰਨੇ ਚਾਹੀਦੇ ਔਰ ਅੱਜ ਇਹ ਪ੍ਰੋਗਰਾਮ ਨੂੰ ਦੇਖ ਕੇ ਬਹੁਤ ਖੁਸ਼ੀ ਹੋਈ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।